हाँ जी, अज आपां अपने घर ही खड़े हाँ। अपना घर आ ओ मगरले पासे अपनी काली दी खुरनी आ तुहाडे सामने, ते अपने घर बाई आया मसाले वाला। अक्सर ही आउंदे रहिंदे आ, बहुत चंगे चंगे फार्मां ते मतलब जांदे रहिंदे आ बाई होणी, पर इन्हां नूं कल्ला आई नहीं कि कल्ला मसाला इन्हां कोले जां मसाला बेचदे आ, चंगी नॉलेज भी रखदे आ किहड़ा मसाला कित्थे काम करदा। अज आपां वीडियो दो कर देनी आ, दोनों वीडियो का इंतजार रखियो। पहली वीडियो तुहाडे सामने चल रही है इस वक्त, तो दूसरी वीडियो का इंतजार रखियो। पहली वीडियो दे विच आपां गावां मझां की गल करांगे इन्हां दे नाल कि गावां मझां नूं किहड़े वेले किहड़ा मसाला देना चाहिए। आपां गावां मझां रखते हैं सारे, आपां नूं बेसिक जिहड़े प्रॉब्लम गाइयां मझां दीआं आउंदियां उन्हां बारे किहड़े किहड़े मसाले काम कर जांदे, आपां उहदी भी गलबात करते हैं इन्हां नाल। तो अगली वीडियो के आपां घोड़ियां दी भी गल करांगे, तो किहड़े किहड़े फार्मां ते काम करदे आ उत्थे भी आपां गल करांगे। लै प्रीत माड़ा जिहा भुंडे च चढ़ जा अपने च, ते आपां बाई दा मैक ऑन कर लईए। बाई आ मैक कढ के फड़ाई मैनूं, तुसीं बहि जाओ उत्थे 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 बैठ जाओ। आ गिजे च पा लो इहनूं। अपने नाल हैगा बाई इस वक्त जंटा खान। जंटा खान बाई रहण वाले तुसीं कित्थों दे आ? ਬਾਈ ਅਸੀਂ ਜਗਰਾਵਾਂ ਰਹਿੰਦੇ ਮਲਕ ਰੋਡ ਪੇ, ਕੱਚਾ ਮਲਕ ਰੋਡ ਜਗਰਾਓ ਦੇ। ਤੇ ਮਤਲਬ ਤੁਸੀਂ ਪਹਿਲਾਂ ਤੋਂ ਇੱਥੋਂ ਦਾ ਹੀ ਆ ਪਿਛੋਕੜ, ਕਿ ਤੁਹਾਡਾ ਪਿਛੋਕੜ ਕਿੱਥੋਂ? ਬਾਈ ਅਸੀਂ ਯੂਪੀ ਕੇ ਰਹਿਣ ਵਾਲੇ, ਯੂਪੀ ਤੋਂ ਇੱਥੇ ਰਹਿੰਦੇ ਆ। ਹਾਂ ਪੱਕੇ ਰਹਿੰਦੇ ਜਗਰਾਵਾ, ਕੱਚੇ ਮਲਕ ਰੋਡ ਪੇ। ਜੇ ਕੱਚੇ ਮਲਕ ਰੋਡ ਤੇ ਆ, ਮੈਨੂੰ ਪਤਾ ਤੁਸੀਂ ਕਾਫੀ ਟਾਈਮ ਦੇ ਆਉਂਦੇ ਆ। ਤੇ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਗਾਈਆਂ ਮੱਝਾਂ ਦੀ ਬਾਈ, ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਘੋੜਿਆਂ ਦੀ। ਸਹੀ, ਠੀਕ ਆ ਨਾ ਬਾਈ? ਸਹੀ ਸਹੀ ਸਹੀ। ਮਸਾਲੇ ਦੀ ਮੈਂ ਤੁਹਾਨੂੰ ਮੁੱਢ 'ਚ ਗੱਲ ਦੱਸਦਾ ਵੀ ਜੇ ਕਿਸੇ ਨੇ ਇਹ ਬਾਈ ਹੁਣਾਂ ਤੋਂ ਬਣਾਉਣਾ ਹੋਵੇ, ਬਾਈ ਹੁਣਾਂ ਦਾ ਨੰਬਰ ਤੁਹਾਨੂੰ ਦੇ ਦੇਣਾ, ਤੇ ਤੁਸੀਂ ਬੇਫਿਕਰ ਹੋ ਕੇ ਫੋਨ ਕਰ ਲਿਓ। ਬਾਈ ਜਿਹੜੀਆਂ ਮੱਝਾਂ ਆਮ ਤੌਰ 'ਤੇ ਨਾ ਆਪਾਂ ਦੇਖਦੇ ਹਾਂ ਵੀ ਕਈ ਬੰਦੇ ਨਾ ਸ਼ਿਕਾਇਤ ਕਰ ਦਿੰਦੇ ਵੀ ਮੱਝ ਨੂੰ ਯਾਰ ਖੁਰਾਕ ਬਹੁਤ ਸਿੱਟੀ ਜਾਂਦੇ ਆ, ਸਿੱਟੀ ਜਾਂਦੇ ਆ। ਹਾਲੀ ਨਾ ਦੁੱਧ ਵੱਧਦੀ ਆ ਨਾ ਖੁਰਾਕ ਲੱਗਦੀ, ਉਹਦੇ ਲਈ ਕੋਈ ਮਸਾਲਾ ਹੁੰਦਾ ਵੀ ਉਹਨੂੰ ਖੁਰਾਕ ਲੱਗਣ ਲੱਗ ਜਾਵੇ? ਵੀਰ ਉਹਦਾ ਲੀਵਰ ਜਦ ਦਾਣਾ ਪਾ ਕੇ ਲੀਵਰ ਖਰਾਬ ਹੋ ਜਾਂਦਾ, ਇਸੇ ਦੁੱਧ ਨਹੀਂ ਵੜਦਾ, ਰਾਜੀ ਨਹੀਂ ਹੁੰਦਾ ਪਸ਼ੂ, ਇਹ ਗੋਹੇ ਦੇ ਰਸਤੇ ਦਾਣਾ ਕੱਢ ਹੋ ਜਾਂਦਾ, ਉਹਦੇ ਲੀਵਰ ਕੋ ਬਿਲਕੁਲ ਨੋਰਮਲ ਕਰ ਦਿੰਦਾ। ਇਹ 32 ਚੀਜ਼ਾਂ ਹੁੰਦੀ ਸਾਰੀ ਕੋਲ ਖੜ ਕੇ ਬਣਾ ਕੇ ਅੱਖਾਂ ਦਾ ਸਾਹਮਣੇ ਦਿੰਦੇ। 32 ਚੀਜ਼ਾਂ ਇਧਰ ਮੁੱਢ ਤੋਂ ਲੱਗ ਜਾਓ, ਆਹ ਕੀ ਆ? ਇਹ ਹਰੜ ਹੈਗੀ ਬਾਈ, ਜਿਹੜੇ ਲੀਵਰ ਕੋ ਸਹੀ ਕਰਦੀ ਹੈ। ਜੰਗ ਹਰੜਾ ਤਾਂ ਭਾਲਦੀਆਂ ਹੋਣਗੀਆਂ ਸੋਨੀ ਬਾਈ ਬੁੜੀਆਂ, ਵੀ ਵਿਆਹ ਵਿਊ ਚ ਵੱਧ ਖਾਧਾ ਜਾਂਦਾ ਵੀ ਹਾਜਮ ਆ ਜੇ। ਇਹ ਭਾਈ ਬੋਲੀ ਦੀ ਵੀ ਸਮਝ ਆ ਗਈ ਵੀ ਬੋਲੀ ਬੁੜੀਆਂ ਤਾਂ ਪਾਉਂਦੀਆਂ ਹੁੰਦੀਆਂ। ਤੇ ਆਹ ਇਹ ਚਰਾਤਾ ਹੁੰਦਾ ਬਾਈ, ਜਿਹੜੇ ਪਸ਼ੂ ਕੇ ਬਾਈ ਚਿੱਚੜ ਪੈ ਜਾਂਦੇ, ਮਲਪ ਪੈ ਜਾਂਦੀ, ਕੋਈ ਗਾਂ ਮੱਜ ਕੇ ਖੁਰਕ ਪੈ ਜਾਂਦੀ, ਚਿੱਚੜੇ ਕੇ ਆਪਾਂ ਦਵਾਈ ਖੁਲਾਵੇਂ, ਇਨਫੈਕਸ਼ਨ ਹੋ ਜਾ, ਟੀਕੇ ਲਾਵੇਂ, ਉਹਦੀ ਲੋੜ ਨਹੀਂ ਪੈਂਦੀ ਜੀ। ਅੱਛਾ, ਆਹ ਚਰਾਤਾ ਹੁੰਦਾ, ਇਹ ਚਰਾਤਾ? ਹਾਂ ਜੀ। ਤੇ ਆਹ ਲੌਂਗ ਪਹਾੜੀ ਲੌਂਗ ਹੁੰਦੀ ਜੀ, ਇਹ ਪਸ਼ੂ ਕੇ ਜਿਹੜਾ ਜਾ ਦੁੱਧ 'ਚ ਮੁਸਕ ਮਾਰਨ ਲੱਗਦੀ, ਗੋਹੇ 'ਚ ਮੁਸਕ ਮਾਰਨ ਲੱਗਦੀ, ਇਹ ਪਹਾੜੀ ਲੌਂਗ ਬੋਲਦੇ ਇਹਨੂੰ। ਅੱਛਾ, ਇਹ ਪਹਾੜੀ ਲੌਂਗ? ਹਾਂ ਜੀ। ਇੱਕ ਮਿੰਟ ਮਾੜਾ ਜਿਹਾ ਮੈਂ ਖਾ ਕੇ ਦੇਖ ਲਾਂ। ਲੌਂਗ ਵਰ ਗਈ ਆ, ਹਨਾ? ਲੌਂਗ ਵਰ ਗਈ, ਸਵਾਦ ਆਊਗਾ। ਤੇ ਆਹ ਹੋ ਗਏ ਤੁੰਮੇ? ਇਹ ਕੋੜ ਤੁੰਮੇ ਹੁੰਦੇ, ਦਰਦਾਂ ਕੇ ਲਈ ਹੁੰਦੇ, ਪਸ਼ੂ ਕੇ ਦਰਦ ਨਹੀਂ ਹੋਣ ਦੇ ਸਕਦੇ। ਇਹ ਹੋ ਗਏ ਤੁੰਮੇ। ਤੇ ਆਹ ਇਹ ਹੈ ਗਲੋਵੇਲ, ਇਹ ਜਿਹੜੇ ਪਸ਼ੂ ਨੂੰ ਲੰਗੜਾ ਬੁਖਾਰ ਹੋ ਜਾਂਦਾ ਜੀ। ਬੁਖਾਰ ਤੋਂ ਜੇ ਆਮ ਵੀ ਬੰਦੇ ਨੂੰ ਵੀ ਵਿਚ ਰਿਹਾ ਹੋਵੇ ਬੁਖਾਰ ਵਾਲਾ, ਬੰਦੇ ਨੂੰ ਵੀ ਕੰਮ ਕਰਦਾ ਜੀ। ਹਾਂ, ਗਲੋ ਦੇ ਦਿੰਦੇ ਹੁੰਦੇ ਆਪਾਂ। ਹਾਂ ਜੀ ਹਾਂ, ਗਲੋ ਆਮ ਤੌਰ ਤੇ ਆਪਾਂ ਕਈ ਰੀ ਲਾ ਲੈਂਦੇ ਆ ਘਰੇ, ਉਹੀ ਜਿਹੜੀ ਆ ਬਟੇ ਜੇ ਖਾ ਕੇ ਚੜ੍ਹਦੀ ਹੁੰਦੀ ਆ, ਠੀਕ ਠੀਕ, ਉਹ ਗਲੋ ਹੀ ਆ ਨਾ? ਹਾਂ ਜੀ ਹਾਂ ਜੀ ਹਾਂ ਜੀ। ਤੇ ਆਹ ਪੱਥਰ ਜਾ ਕੀ ਆ? ਆਹ ਇਹ ਬਾਈ ਨਿਸਰਦਰ ਹੁੰਦਾ, ਜਿਹੜੇ ਪਸ਼ੂ ਦੇ ਮੇਰੇ ਵੀਰ ਐਸਾ ਨਾ ਜੋ ਪਸ਼ੂ ਲੀਵਰ ਰੁਕ ਜਾਂਦਾ, ਬੰਦ ਪੈ ਜਾਂਦਾ ਪਸ਼ੂ ਕੇ, ਬੰਦ ਮੈਂ ਕੰਮ ਕਰਦਾ ਜੀ ਲੀਵਰ ਤੋਂ। ਹਾਂ, ਲੀਵਰ ਤੋਂ ਜੋ ਬੰਦ ਜਾਮ ਹੀ ਹੋ ਜਾਂਦਾ, ਤੇ ਇੱਕ ਦੂਜਾ ਤੀਜਾ ਬੰਦ ਹੁੰਦਾ ਜੀ। ਆ ਆ ਆ ਕੀ ਪਿਆ? ਇਹ ਧਾਵੇ ਕੇ ਫੁੱਲ ਬੋਲਦੇ ਜੀ, ਧਾਵੇ ਕੇ ਫੁੱਲ, ਨਾ ਕੇਸਰ ਬੋਲਦੇ, ਜਿਹਦਾ ਖੂਨ ਘੱਟ ਜਾਂਦਾ ਪਸ਼ੂਗਾ, ਖੂਨ ਵਧਾਉਣ ਵਾਸਤੇ ਹੁੰਦਾ ਹੈ। ਗਾਈਆਂ ਦਾ ਜਿਵੇਂ ਗਾਂ ਹੁੰਦੀ, ਖੂਨ ਘੱਟ ਜਾਂਦਾ ਬਾਈ, ਥੱਲੇ ਵੇ ਜਾਂਦਾ, ਆਪਾਂ ਬੋਤਲ ਲਾ ਰਹੇ ਉਹਦਾ ਪੂਰਾ ਨਹੀਂ ਹੁੰਦਾ ਦੁੱਧ, ਉਹਦੇ ਵਾਸਤੇ ਹੁੰਦਾ ਜੀ। ਅੱਛਾ, ਇਹ ਜੇ ਖੂਨ ਘੱਟ ਹੋਵੇ ਖੂਨ ਦੀ ਕਮੀ ਤੋਂ, ਕਾਮ ਹੀ ਪੂਰੀ ਕਰਦਾ, ਤੇ ਜੇ ਬੰਦਾ ਖਾ ਲੇ ਬੰਦੇ ਦੀ ਪੂਰੀ ਕਰਦਾ, ਵੀ ਪੂਰੀ ਕਰਦਾ ਹੈ। ਠੀਕ ਆ, ਕੋਈ ਬਾਲੇ ਨਾ ਖਾ ਜਾਓ ਭਰਾਵੋ, ਹੋਰ ਨਾ ਜੱਬ ਖੜਾ ਕਰ ਲਓ। ਲੋਪੋ ਵਾਲੇ ਨੇ ਆਖਿਆ ਬੰਦਾ ਖਾ ਲੇ ਖੂਨ ਪੂਰੇ ਕਰਦੇ ਕਰਦੇ, ਤੇ ਮੇਰੇ ਜੋ ਮੈਂ ਖੂਨ ਪੈ ਜੇ, ਇਹ ਖਾਣਾ ਪੁੱਛ ਕੇ ਪੈਂਦਾ ਵੈਦ ਨੂੰ ਕਿਸੇ ਨੂੰ। ਤੇ ਆਹ ਹਲਦੀ ਜੀ? ਇਹ ਅੰਬ ਹਲਦੀ ਹੈ ਬਾਈ, ਇਹ ਪਸ਼ੂ ਕੇ ਜੋ ਗਿੱਟੇ ਸੂਜਾ ਸੋਜਾ ਪੈ ਜਾ, ਘਾਟ ਪੈ ਜਾ ਪਸ਼ੂ ਕੇ, ਇਹ ਉਹਦੇ ਵਿੱਚ ਕੰਮ ਕਰਦੀ। ਜੇ ਕੋਈ ਅੰਦਰ ਕੋਈ ਕਿਸੇ ਤਰ੍ਹਾਂ ਦਾ ਜ਼ਖਮ ਆ ਪਸ਼ੂ ਦੇ ਅੰਦਰ, ਜ਼ਖਮ ਵਾਲੀ ਦੂਜੀ ਹੈ ਬਾਈ।
अच्छा जख्म वाली है दर्द के लिए ये जख्म वास्ते है उपरी तो पौ मार होंगे जाने हल्दी जी का मैं पता लग गया भी हल्दी आ अच्छा ये अंबा हल्दी है आ दूजी हल्दी आ हाँ जी हाँ ए च ए हल्दी अंबा हल्दी च की फर्क ये तो भाई जिम्मे असली घ्यो होंदा डालडा घ्यो होंदा इन्ना फर्क है नहीं अंबा हल्दी बीजनी अलग पैंदी इहदा बीज अलग हुंदा इहदा बीज अलग बीज इहदा अड बीज हुंदा इहदा अलग बीज अंबा हल्दी अड हुंदी आ आ अड हुंदी आ हां जी हां जी हां जी ते इह अंबा हल्दी जखमा तो कम करदी आ इह भी विच ही पा दने मसाले विच ही सारी चीज कोल खड़ के बना के देनी ते आहा इह ग्लो हुंदी इह ता ग्लो मैं पुछ ली इह निसद्दर हुंदा गोली का जो थण जे खून आ जा पशु के थण जे छिड्डी आ जा जिवें जखम हो जांदे थण दे विच ओह सही करदा जी अच्छा इह बटन इह सरना है जी घोड़िए के बंद में काम करता है पशु के भी बंद में काम करता है पीलिया हो जाता गां नू मजनू घोड़ी नू पीलिए में भी काम करता है अच्छा ये है पीलिए मैं लगता मैं सारी सारी थोड़ी थोड़ी खा के आज मैं आपका मसाला पूरा ही कर लें एक कड़ू होंदा कड़ू ਜਿਹੜਾ ਬੱਚਨ ਬੱਚਨ ਨੂੰ ਉੱਟਣ ਨੂੰ ਦਿੰਦੇ ਸੀ ਪਹਿਲੇ ਬੰਦੇ ਕੜੂ ਕਾਲੀ ਜੀਰੀ ਜਿਹੜੀ ਆਪਾਂ ਦਿੰਦੇ ਹਾਂ ਕਾਲੀ ਜੀਰੀ ਦਾ ਲੱਗੇ ਬਾਈ ਕਾਲੀ ਜੀਰੀ ਆ ਲੱਗੇ ਜਿਹੜਾ ਮਤਲਬ ਇਹ ਕੜੂ ਤੇ ਕਾਲੀ ਜੀਰੀ ਆਪਾਂ ਉਦੋਂ ਦਿੰਨੇ ਆ ਜਦੋਂ ਕੋਈ ਪਿਸ਼ਾਬ ਪਸ਼ੂਬ ਦੀ ਮਾੜੀ ਮੋਟੀ ਪ੍ਰੋਬਲਮ ਪਿਸ਼ਾਬ ਮੈਂ ਨਹੀਂ ਕਰਦਾ ਕੰਮ ਜੀ ਇਹ ਤਾਂ ਦਰਦਾਂ ਦੇ ਕੰਮ ਹੁੰਦਾ ਜੋ ਰੇਸਾ ਪੜ ਜਾਂਦਾ ਹੈ ਕੜੂ ਉਸਮੇ ਕੰਮ ਕਰਦਾ ਹੈ ਹਾਂ 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 ਜਦੋਂ ਮੈਂ ਸਮਝ ਗਿਆ ਜਦੋਂ ਸਾਡੀ ਘੋੜੀ ਦੇ ਜੋੜਾਂ ਜਾਂ ਨੂੰ ਪ੍ਰੋਬਲਮ ਸੀ ਦਰਦ ਸੀ ਉਦੋਂ ਉਦੋਂ ਕੜੂ ਤੇ ਕਾਲੀ ਜੀਰੀ ਕੜੂ ਤੇ ਕੜੂ ਦਾ ਸਕੇ ਜੋ ਪਸ਼ੂ ਮੱਟੀ ਖਾ ਲੈਤਾ ਬੱਚਾ ਹੋ ਬੱਚੀ ਹੋ ਗਾਂ ਹੋ ਘੋੜੀ ਹੋ ਮੱਟੀ ਮੇ ਕੰਮ ਕਰਦਾ ਇਹ ਮੱਟੀ ਨਹੀਂ ਖਾ ਸਕਦਾ ਪਸ਼ੂ ਇਹ ਅੱਛਾ ਜਿਹੜੇ ਮਿੱਟੀ ਦੇ ਵਿੱਚੋਂ ਤੱਤ ਮਿਲਦੇ ਆ ਉਹ ਇਹ ਚੋਂ ਮਿਲ ਜਾਂਦੇ ਆ ਤੇ ਮਿੱਟੀ ਖਾਣ ਵਾਲਾ ਮਿੱਟੀ ਨਹੀਂ ਖਾਣਾ ਜਿਹੜੇ ਜੀ ਅੰਦਰ ਬਣ ਜਾਂਦੇ ਉਹ ਮੱਟੀ ਖਾਂਦਾ ਪਸ਼ੂ ਉਹ ਮੱਟੀ ਨਹੀਂ ਖਾ ਸਕਦਾ ਪਸ਼ੂ ਜੀ ਅੱਛਾ ਇਹਦੇ ਨਾਲ ਜੀ ਮਰਨਗੇ ਹਾਂ ਜੀ ਮਰਨਗੇ ਇਹਦੇ ਕੋੜਾ ਹੁੰਦਾ ਜ਼ਹਿਰ ਵਰਗਾ ਇਹ 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 ਬਾਈ ਸੋਨੀ ਮਤਲਬ ਆਪਾਂ ਜਿਹੜੀ ਡੀ ਵਾਰਮਿੰਗ ਕਰਦੇ ਆ ਡੀ ਵਾਰਮਿੰਗ ਦੇ ਥਾਂ ਤੇ ਕੰਮ ਆਊਗਾ ਕੜੂ ਤੇ ਕਾਲੀ ਜੀਰੀ ਵੈਸੇ ਸੋਕੜੇ ਵਾਸਤੇ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਸੋਕੜਾ ਹੋ ਜਾਂਦਾ ਤੇ ਆ ਆ ਆ ਕਰੇਲੇ ਇਹ ਕਰੇਲੇ ਹੁੰਦੇ ਜਿਹੜੀ ਸ਼ੂਗਰ ਪਸ਼ੂ ਨੂੰ ਹੋ ਜਾਂਦਾ ਬਾਈ ਸ਼ੂਗਰ ਜਦੋਂ ਜ਼ਖਮ ਠੀਕ ਨਹੀਂ ਹੁੰਦਾ ਥਣਾ ਜੇ ਹੋ ਜਾਂਦਾ ਥਣ ਪੱਕੇ ਰਹਿੰਦੇ ਠੀਕ ਨਹੀਂ ਹੁੰਦਾ ਲਾਲੀ ਜਾ ਜਾਂਦਾ ਥਣ ਇਹ ਲਾਲੀ ਵਾਸਤੇ ਹੁੰਦਾ ਜੀ ਥਣ ਵਾਸਤੇ ਪਸ਼ੂ ਤੇ ਆਹ ਆਹ ਇਹ ਗੁੜਮਾਰ ਬੂਟੀ ਹੁੰਦੀ ਬਾਈ ਖੰਘ ਹੋ ਜਾਂਦੀ ਪਸ਼ੂ ਨੂੰ ਖੰਘ ਰੇਸਾ ਨਸੋਂ ਮੇ ਰੇਸਾ ਡਿੱਗਣ ਲੱਗਦਾ ਇਹ ਉਸ ਮੇ ਕੰਮ ਕਰਦਾ ਵੀਰ ਜੀ ਅੱਛਾ ਆਹ ਇਹ ਅਰਜਨ ਛਾਲੇ ਬੰਦੇ ਵੀ ਖਾਵੇ ਇਸ ਨੂੰ ਬੰਦੇ ਕੇ ਲਈ ਹੁੰਦਾ ਜੋ ਪਸ਼ੂ ਰਾਜੀ ਹੋ ਜਾਂਦਾ ਤੁਸੀਂ ਦਾਣਾ ਪਾ ਰਹੇ ਖਲ ਪਾ ਰਹੇ ਫੀਡ ਪਾ ਰਹੇ ਉਹਦੇ ਚਰਬੀ ਬਣ ਜਾਂਦੀ ਤੁਸੀਂ ਦੁੱਧ ਨਹੀਂ ਦਿੰਦਾ ਪਸ਼ੂ ਇਹ ਚਰਬੀ ਨੂੰ ਖੋਲਦਾ ਤੇ ਦੁੱਧ ਵਧਾਵੇ ਪਸ਼ੂ ਦਾ ਰਾਜੀ ਕਰਦਾ ਹੈ ਇਹ ਅਰਜਨ ਛਾਲ ਬੋਲਦੇ ਇਹਨੂੰ ਅੱਛਾ ਇਹ ਅਰਜਨ ਛਾਲਾ ਮੈਨੂੰ ਤਾਂ ਸਫੈਦੇ ਜੇ ਦੀ ਲੱਗਦੀ ਹੈ ਨਹੀਂ ਅਰਜਨ ਛਾਲ ਹੁੰਦਾ ਜੀ ਅਰਜਨ ਛਾਲ ਹੁੰਦਾ ਆਹਾ ਆਹਾ ਇਹ ਕਾਲਾ ਕੜੂ ਹੁੰਦਾ ਬਾਈ ਇਹ ਜਿਹੜੇ ਫੈਟਾ ਹੋ ਜਾਂਦਾ ਘੋੜੇ ਨੂੰ ਥੱਲੇ ਇੱਕਦਮ ਡਿੱਗ ਜਾਂਦਾ ਸਰੇ ਕੀ ਬਿਮਾਰੀ ਬੋਲਦੇ ਗਾਂ ਮਜਨੂੰ ਜੋ ਸਰਾ ਹੋ ਜਾਂਦਾ ਉਸ ਮੇ ਕੰਮ ਕਰਦਾ ਜੀ ਤੇ ਗਾਂ ਮਜਨੂੰ ਵੀ ਸਰਾ ਹੋ ਜਾਂਦਾ ਹਾਂ ਲੈ ਹੋਰ ਦਿਲ ਫਟ ਜਾਂਦਾ ਪਸ਼ੂ ਦਾ ਇੱਕ ਕਿਸੂ ਦਾ ਫੂਲ ਹੈ ਇਹ ਠੰਡੇ ਹੁੰਦੇ ਬਾਈ ਜਿਹੜੇ ਪਸ਼ੂ ਦੇ ਅੰਦਰ ਮੇਰੇ ਗਰਮਾਸ ਵੜ ਜਾਂਦਾ ਦਾਣਾ ਵੀ ਖਾਰਾ ਪਸ਼ੂ ਗਾਂ ਹੈ ਮਜ ਹੈ ਉਸਕੇ ਲਈ ਠੰਡੀ ਚੀਜ਼ ਹੈ ਪਸ਼ੂ ਨੂੰ ਜਿਵੇਂ ਆਪਾਂ ਬੱਤਾ ਪੀ ਲਏ ਉਹ ਚੀਜ਼ ਠੰਡੀ ਚੀਜ਼ ਕੰਮ ਕਰਦੀ ਇਹ ਕੇਸੂ ਮੈਂ ਦੇਖਿਆ ਆਮ ਉਹ ਢੱਕੀ ਸਾਹਿਬ ਅਸੀਂ ਦੇਖਿਆ ਸੀ ਉੱਥੇ ਲੱਗੇ ਹੋਏ ਆ ਕੇਸੂ ਦੇ ਫੁੱਲ ਜੇ ਬਹੁਤ ਸੋਹਣੇ ਸੋਹਣੇ ਫੁੱਲ ਲੱਗਦੇ ਆ ਕੇਸੂ ਬਹੁਤ ਵਧੀਆ ਚੀਜ਼ ਹੈ ਵੀਰ ਜੀ ਐਸੀ ਚੀਜ਼ ਹੈ ਇਹ ਮਰੋੜ ਫਲੀ ਹੈ ਜੋ ਗਾਂ ਮੱਝ ਮੋਗ ਮਾਰਦੀ ਕਿੰਨੀ ਵੀ ਮੋਗ ਮਾਰਦਾ ਪਸ਼ੂ ਮੋਗ ਨਹੀਂ ਮਾਰ ਸਕਦਾ ਇਹਦੇ ਨਾਲ ਬੰਦ ਹੋ ਜੂ ਕੰਮ ਬੰਦ ਬੰਦ ਠੀਕ ਹੋ ਜਾਂਦਾ ਪਸ਼ੂ ਆ ਆਹਾਰ ਇਹ ਬਿਹੜਾ ਹੁੰਦਾ ਜੀ ਬਿਹੜੇ ਬਿਹੜੇ ਹੁੰਦੇ ਹਾਜਮੇ ਕੇ ਲਈ ਪਸ਼ੂ ਰਾਜੀ ਕਰਦਾ ਹੈ ਰਾਜੀ ਜੋ ਪਸ਼ੂ ਲਿੱਸਾ ਹੁੰਦਾ ਰਾਜੀ ਹੁੰਦਾ ਇਹ ਆਂਵਲੇ ਹੁੰਦੇ ਸੁੱਕੇ ਆਂਵਲੇ ਜੀ ਵੀਰ ਇਹ ਹਾਜਮੇ ਕੇ ਲਈ ਹੁੰਦੇ ਲੀਵਰ ਕੇ ਲਈ ਤੇ ਇੱਧਰ ਤਾਂ ਸੌਂਫ ਸੌਂਫ ਪਈ ਆ ਕੀ ਪਿਆ ਇਹ ਕਲਮੀ ਸੋਰਾ ਹੈ ਅੱਛਾ ਹਾਂ ਇਹ ਕਾਲੀ ਜੀਰੀ ਹੈ ਜੀ ਵੀਰ ਅੱਛਾ ਆਹ ਕਾਲੀ ਜੀਰੀ ਕਾਲੀ ਜੀਰੀ ਇਸ ਤਰ੍ਹਾਂ ਕੀ ਹੁੰਦੀ ਹੈ ਕਾਲੀ ਜੀਰੀ ਇਸ ਤਰ੍ਹਾਂ ਕੀ ਹੁੰਦੀ ਹੈ ਤੇ ਉਹ ਪਈ ਹੈ ਸੌਂਫ ਹਾਂ ਇਹ ਹੈ ਚਾਰੇ ਜਵੈਣੇ ਜੀ ਅੱਛਾ ਚਾਰ ਜਵੈਣਾ ਇਹ ਚਾਰ ਚਾਰ ਤਰ੍ਹਾਂ ਦੀ ਜਵੈਣ ਹੈ ਇਹ ਚਾਰ ਤਰ੍ਹਾਂ ਦੀ ਜਵੈਣ ਹੁੰਦੀ ਇਹ ਬਾਈ ਪਸ਼ੂ ਕੋ ਬਹੁਤ ਵਧੀਆ ਚੀਜ਼ ਹੈਗੀ ਤੇ ਹੁਣ ਮੈਨੂੰ ਨਾ ਪਹਿਲਾਂ ਆਪਾਂ ਮੱਝਾਂ ਵਾਲੇ ਪਾਸੇ ਆ ਜਾਈਏ ਬਾਈ ਮਸਾਲਾ ਜਦੋਂ ਤੁਸੀਂ ਬਣਾਉਂਦੇ ਆ ਮੱਝਾਂ ਦਾ ਅਲੱਗ ਬਣਦਾ ਘੋੜੀਆਂ ਦਾ ਅਲੱਗ ਬਣਦਾ ਕਿ ਮੱਝਾਂ ਘੋੜੀਆਂ ਦਾ ਇੱਕੋ ਜਿਹਾ ਹੀ ਹੁੰਦਾ ਵੀਰ ਐਸਾ ਹੈ ਜਿਹੜਾ ਮਸਾਲਾ ਮੱਝਾਂ ਵਾਲਾ ਬਣਦਾ ਉਸਮੇ ਪੈਂਦੇ ਨੂਣ ਦੇ ਘੋੜੀ ਵਾਲਾ ਮਸਾਲਾ ਜਿਹੜਾ ਹੁੰਦਾ ਉਸਮੇ ਨੂਣ ਨਹੀਂ ਪੜਦਾ
अच्छा मज्जा गाय वाले में नून पड़ता, इसमें घोड़ी वाले मसाले में नून नहीं पड़ता। मज्जा मज्जा नू की पा के दना बद जो तू हूँ मज वास्ते मसाला बनावे बंदा की पा के दू मसाला मज्जा वाले में जी मज्जा को काट है पशु वो देख के पशु नू बनता मज्जा के। अच्छा मज्जा का लै बी मेरे वालू माड़ा जहा कैमरा करी मैं दस दया भी मज्जा का भी ए दसना ए नहीं कहना हों मसाला बना दे मज्जा दसना हों साडिया फलानी मज्ज है पशु देख के दस दें पशु नू ये बीमारी है। पूछ फट कोई पशु नू दस दे पशु बीमारी है। कोई पशु जेड़ा रहिंदा नहीं है अपनी उदी नाल गारंटी पैसे पवे बाद च दे दो जेड़ा पशु रहिंदा नहीं है जेड़ा बोलदा नहीं है। असी पशु जेड़ा चेक करांदे डॉक्टर से चार महीने का तीन महीने का असी चाली दिन का भी दिन का पशु गब्बन दस दें दिन ना दसो जिम्मेदार असी खुद दस दे नहीं तू चेक भी कर देने हां 40 दिन दा पशु दस देंगे ठीक है। घोड़ी 3 महीने कर दे हां घोड़ी ताम तौर ते 17 दिनां दी चेक कर देंगे चंगे डॉक्टर वो चंगे भाई उन्होंने कोर साडा जे है ना असी गुज्जर है पशु के बारे में जानते तजर्बे पशु में बने हुए पशु का काम है असी तो पूंछ साडा जेड़ा बूढ़ा है 95 साल की उम्र है पूंछ फट के दस दे पशु के नुक्से गब्बन है नहीं है झोटी है बता दिया कहन लगा भाई इन कारगिल की फीड पाओ ये मुस्कान फीड पाओ उन बीमारी है होर वो बीमारी की जो दवाई दोगे तुसी वो बीमारी के काम करोगे नाला पशु फुलगा तकड़ा होगा राजी होगा सुखी पुराली भी पट्ठे भी पाओगे वो पशु राजी होंदा ओदे नाल एदे नाल पशु मसाले मसाले ना हाँ। ते एक पशु नु किन्ने क दा पै जांदा है ये वीर ऐसा है जो पशु नु दंदा आपा मसाला बेच दे जिवें मिला के पशु नु 200 रुपए किलो बनदा 1000 का 5 किलो बनदा मज्जा वाला गाय मज्जा का ज्यादा बनदा रस्ते काट दिया कोई फायदा नहीं होंगे जिवें उसी 2 किलो 2 किलो दाना पाओगे 100 ग्राम में मसाला पाओगे हाजमा सही रहेगा उसका दूध बढ़ेगा राजी होगा पशु काट पूरी होगी मतलब 2 किलो दाना पाया वा काम करूगा जेडी गल है 10 किलो पाओगे तो कोई आसरा नहीं गोए के रास्ते लिखडूगा की इसमें चीजें देसी हैं सारी चीज सामने बना के पीस के देनी ठीक है। अगले नु सामने बना के ते पीस के दे देने आ इना दा देखी प्रीत इधरले पासे लगी भी है चक्की ते दूंगा हां वाली आपां वीडियो करदे आ पहला तां तुसी जे किसे भी सज्जन नु चाहिदा होया चला के पीस के वो दिखा देंगे कोई गल नहीं चलती भी दिखा दें आप जे तो किसी सज्जन नू चाहिए होया मसाला तो तुम बेफिक्र होकर ना फोन कर लियो बाई का नंबर थोनू देता क्योंकि ना असी पाने होंने मसाला जदों के असी पाने उदों का मालक की कृपा ना ठीक आ जिहड़ा काम डॉक्टर का काम डॉक्टर का ही रहना मैं यही कह सकता कि डॉक्टर का काम आ जिहड़ा डॉक्टर आना बंद हो जाऊ कदे भी नहीं हुंदा हुंदा कदे भी नहीं हो सकता पर हाँ यह हैगा कि जिहड़ियां साडियां कई बार ये है कि असी गोहे वालियां मशीनां ही पाली फिरते हैं वो पाई जाने मगरले पासे निकली जाता तो जिहड़ियां निक्कियां मोटियां प्रॉब्लम वो पशुआं नूं चली जांदियां जिहड़ा मसाला इहदे नाल बहुत सारियां साडियां छोटियां मोटियां प्रॉब्लम जिहड़ियां हल हो जांदियां। असी तकरीबन जदों साडा 12-13 साल हो गए पहला जहरबाद हो के मज्झ मर गई सी उस तो बाद असी तकरीबन मसाला जिहड़ा वो पाउने आ तो चलो वैसे आपां किस्मत भी कह सकते हैं तो चंगे डॉक्टर का बाई सोनी साडा गवांडी है इहदा साथ भी सानू बहुत चंगा मिलिया होया तो उस तो बाद मालक की कृपा नाल साडी मझ गां दा कोई नुकसान नहीं होया उहदे पिछे मसाले का भी रोल मानते हैं चंगे डॉक्टर का भी टाइम पर पहुँचने का रोल मानते हैं इस भी मैं जे मसाले की गल कर रहा तो यह मतलब यह नहीं कह सकता मैं भी डॉक्टर का काम या डॉक्टर ही आना बंद हो जाऊ यह नहीं हों पर डॉक्टर भी टाइम सर आता रहे वह भी फायदा हो जाता तो पर फिर भी बहुत सारिया प्रॉब्लम भी हल हो जाएगा तो बहुत सारा जो अपना दाना आप कहने वेस्ट जाता वह भी हल हो जाता बई हूँ तुम फोन कर सकते जो मसाला चाहिए हो बई पहुँच जाओगे पंजाब के जोड़े मर्जी कोने कोने राजस्थान पंजाब हरियाणा यूपी गुजरात सारे में जाते हैं अपने। अच्छा जे मान लो भी बंदा कोई हरियाणा तो फोन करता है उधरला टूर बना के उत्थे पहुंच जाओ वो उधर असी 4-5 बंदे अपने गड्डी है चार पांच को ठीक है 5 गड्डी अपने को पांच पर असी काम कर दे ठीक है हाँ डोडी जिले में रहेंदे गंगानगर रहेंदा
ਠੀਕ ਹੈ। ਇੱਕ ਰਹਿੰਦਾ ਇਹਦਾ ਪਾਤੜਾ ਸਿਵਾਣਾ ਰਹਿੰਦਾ ਵੀਰ, ਇੱਕ ਮੈਂ ਜਗਰਾਵਾ ਰਹਿੰਦਾ, ਇੱਕ ਯੂਪੀ ਚ ਰਹਿੰਦੇ, ਆਲੋ ਅੱਡੋ ਅੱਡੀ ਜ਼ਿਲ੍ਹੇ ਮੇ ਰਹਿੰਦੇ, ਪੰਜ ਭਰਾ ਆਏ ਸੀ, ਪੰਜੋ ਕੇ ਸਾਰੇ ਅੱਡੋ ਅੱਡੀ ਕਾਮ ਹੈ ਆਪਣਾ ਸਾਰਾ ਮਿਲਾ ਕੇ। ਮੰਨ ਲਓ ਵੀ ਜੇ ਹੁਣ ਤੈਨੂੰ ਕਿਸੇ ਨੇ ਫੋਨ ਕੀਤਾ, ਤੂੰ ਉਧਰਲੇ ਬੰਦੇ ਨੂੰ ਫੋਨ ਕਰਦੇ ਆ ਵੀ ਤੂੰ ਫਲਾਣੇ ਪਾਸੇ ਜਾਏ, ਵੀ ਤੇਰਾ ਉਧਰਲਾ ਗੇੜਾ ਬਣਿਆ ਤਾਂ ਤੂੰ ਉਧਰ ਜਾਏ, ਉਧਰ ਜਾਏ, ਇਹ ਜੀ ਗੱਲ ਥੋੜੀ। ਠੀਕ ਹੈ ਠੀਕ ਹੈ, ਵੀ ਐਂ ਇੱਕ ਦੂਜੇ ਨਾਲ ਤਾਲਮੇਲ ਕਰ ਲੈਂਦੇ, ਤਾਲਮੇਲ ਕਰਦੇ, ਅਸੀਂ ਇਕੱਠੇ ਹੀ ਭਰਾ, ਪੰਜ ਗੱਡੀ ਆਪਣੇ ਕੋਲੇ, ਅਸੀਂ ਸਮਾਨ ਗਈ ਹੈ। ਠੀਕ ਹੈ ਗੁੱਡੀ, ਇਹ ਜੀ ਗੱਲ, ਇਹ ਬੰਦੇ ਨਾ ਮਤਲਬ ਤਾਲਮੇਲ ਨਾਲ ਵੀ ਕੰਮ ਕਰਦੇ ਆ, ਭਰਾ ਇਹ ਭਾਈਚਾਰੇ ਦਾ ਇਕੱਠਾ। ਇੱਕ ਗੱਲ ਹੋਰ ਦੇਖੋ ਕਿੰਨੀ ਵਧੀਆ ਮਿਲਦੀ ਆ ਸੋਚਣ ਨੂੰ ਕਿ ਭਰਾਵਾਂ ਦੇ ਇਕੱਠੇ ਹੋਣ ਦੇ ਫਾਇਦੇ ਬਹੁਤ ਹੁੰਦੇ ਆ ਯਾਰ। ਕਦੇ ਨਾ ਟੁੱਟ ਕੇ ਸਰੀਕ ਬਣ ਜਾਂਦੇ ਆ ਕਈ ਵਾਰੀ, ਲੋਕ ਕਹਿ ਦਿੰਦੇ ਆ ਕਿ ਮੇਰੇ ਹੀ ਢਿੱਡ 'ਚ ਪੈ ਜੇ ਜੋ ਵੀ ਪੈ ਜੇ। ਬਾਈ ਨੇ ਬਹੁਤ ਸੋਹਣੀ ਗੱਲ ਆਖੀ ਕਿ ਅਸੀਂ ਭਰਾ ਇਕੱਠੇ ਹਾਂ ਅਤੇ ਜਿੱਧਰ ਜਿਹਨੂੰ ਕੰਮ ਮਿਲੂਗਾ, ਜੇ ਬਾਈ ਕੋਲ ਫੋਨ ਜਾਊਗਾ ਤਾਂ ਜ਼ਰੂਰੀ ਨਹੀਂ ਬਾਈ ਆਊਗਾ, ਬਾਈ ਆਪਦੇ ਭਰਾ ਨੂੰ ਵੀ ਭੇਜ ਸਕਦਾ। ਇਹ ਸਭ ਤੋਂ ਵੱਡੀ ਗੱਲ ਆ ਕਿ ਐਵੇਂ ਹੀ ਕੰਮ ਚੱਲਦੇ ਆ ਅਤੇ ਐਵੇਂ ਹੀ ਚੱਲਣੇ ਚਾਹੀਦੇ ਹੁੰਦੇ। ਇਹ ਗੱਲ ਦੀ ਬਾਈ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਤੂੰ ਕਿਹਾ ਕਿ ਬਾਈ ਪੰਜ ਭਰਾ ਇਕੱਠੇ ਆ, ਇਕੱਠੇ ਰਹਿੰਦੇ, ਇਕੱਠੇ ਦੀ ਤਾਕਤ ਬਹੁਤ ਵੱਡੀ ਆ, ਹੈ ਨਾ। ਠੀਕ ਹੈ ਠੀਕ, ਬਾਈ ਬਹੁਤ ਮਿਹਰਬਾਨੀ, ਤੁਸੀਂ ਸਮਾਂ ਦਿੱਤਾ, ਮੈਂ ਤੁਹਾਡਾ ਸਮਾਂ ਵੀ ਜ਼ਿਆਦਾ ਖਰਾਬ ਕਰ ਰਿਹਾ, ਪਰ ਮੈਨੂੰ ਐਂ ਲੱਗਦਾ ਸੀਗਾ ਕਿ ਜਾਣਕਾਰੀ ਵਾਲੀ ਗੱਲ ਆ, ਲੋਕਾਂ ਦੇ ਫਾਇਦੇ ਵਾਲੀ ਗੱਲ ਆ, ਅਤੇ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰਿਓ ਅਤੇ ਬਾਈ ਹੁਣਾਂ ਨੂੰ ਫੋਨ ਜ਼ਰੂਰ ਕਰਿਓ ਜੇ ਤੁਹਾਨੂੰ ਕਿਸੇ ਵੀ ਪੰਜਾਬ ਦੇ ਕੀ ਹਰਿਆਣਾ ਰਾਜਸਥਾਨ ਗੰਗਾਨਗਰ ਜਿੱਧਰਲੇ ਪਾਸੇ ਮਰਜ਼ੀ ਤੁਹਾਨੂੰ ਲੋੜ ਹੋਈ, ਬਾਈ ਹੁਣਾਂ ਨੂੰ ਫੋਨ ਕਰ ਲਿਓ। ਅਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਘੋੜੀਆਂ ਬਾਰੇ ਜਾਣਕਾਰੀ ਬਾਈ ਹੁਣਾਂ ਤੋਂ ਲੈਂਦੇ ਹਾਂ ਅਤੇ ਪੁੱਛਦੇ ਹਾਂ ਬਾਈ ਹੁਣ ਕਿਹੜੇ ਕਿਹੜੇ ਫਾਰਮਾਂ 'ਤੇ ਪਹੁੰਚਦੇ ਆ।